ਮੈਂ ਗੰਜੀਆਂ ਕੋਲੋਂ ਬੜਾ ਤੰਗ ਆ ਗਿਆ ਵੀ ਇਹ ਤਾਂ ਸਿਰ ਤੇ ਕੱਪੜਾ ਵੀ ਨਹੀਂ ਲੈਂਦਾ, ਗੋਡੇ ਵਰਗਾ ਸਿਰ ਲਾ ਕੇ ਲਗਾ ਫਿਰਦਾ, ਸਮਝ ਨਹੀਂ ਆਉਂਦੀ। ਹਾਂਜੀ ਮਲਕ ਸਾਹਿਬ, ਇਹ ਹਰ ਕੁੜੀ ਮਲਕ ਨੂੰ ਮਿਲਣ। ਓਏ ਮਲਕਾ ਕੀ ਕੰਮ ਖੋਲਿਆ ਤੂੰ? ਓਏ ਪਲੀਜ਼, ਮੈਂ ਉਨਕੀ ਇੰਸ਼ੋਰੈਂਸ ਕਰਕੇ ਗਈ ਥੀ। ਇਹ ਇੰਸ਼ੋਰੈਂਸ ਕੀ ਹੁੰਦੀ ਹੈ ਜੀ? ਆਪਕੋ ਨਹੀਂ ਪਤਾ? ਨਹੀਂ ਜੀ। ਆਪ ਕਹਾਂ ਸੇ ਆਏ? ਪਿੰਡੋਂ। ਤਭੀ ਇਹ ਹੋਤਾ ਹੈ ਜ਼ਿੰਦਗੀ ਕਾ ਬੀਮਾ। ਬੀਮਾ? ਇਹ ਰੀਮਾ ਤੋਂ ਵੱਡਾ। ਇਹ ਬੀਮਾ ਕੀ ਹੁੰਦਾ? ਇਹ ਹੋਤਾ ਹੈ ਕਿ ਆਪ ਆਪਣੀ ਜ਼ਿੰਦਗੀ ਮੇਂ ਜੋ ਰਕਮ ਜਮਾ ਕਰਵਾਤੇ ਹੈ। ਹਾਂ ਜੀ। ਖੁਦਾ ਨਾ ਕਰੇ ਆਪ ਅੱਲਾ ਕੋ ਪਿਆਰੇ ਹੋ ਜਾਤੇ, ਉਸਕੇ ਬਾਅਦ ਆਪਕੇ ਬੀਵੀ ਬੱਚੋਂ ਕੋ ਕੌਣ ਸਹਾਰਾ ਦੇਗਾ? ਇਹ ਪਾਲਿਸੀ ਦੇ। ਉਹ ਨਹੀਂ ਰਹਿਣ ਦੇ ਵੀ ਐਡੇ ਕਿਤੇ ਰਹਿੰਦੇ ਨੇ ਬੀਵੀ ਬੱਚੇ, ਵੀ ਮਰਨ ਤੋਂ ਬਾਅਦ ਉਹ ਐਸ਼ ਕਰਨ ਤੇ ਅਸੀਂ ਕਬਰਾਂ ਦੀ ਸੈਰ ਕਰੀਏ। ਵਾਹ, ਨਾ ਸਾਡੇ ਕੋਲ ਫਰਿਸ਼ਤੇ ਹਿਸਾਬ ਲੈਣ ਦੇ ਆਉਂਦੇ, ਉਹ ਖਰਚ ਕਰਨ ਦੇ ਆਉਣ। ਸ਼ਾਬਾਸ਼। ਇਸ ਲਈ ਤੇ ਅਸੀਂ ਪਿੰਡ ਨਹੀਂ ਜਾਣ ਦਿਆ ਵੀ ਰੋਟੀ ਦੇਣ ਨਾ ਦੇਣ ਮੌਜਾਂ ਦੇ ਲੱਗੀਆਂ ਨਾ। ਆਪਕਾ ਨਾਮ ਕਿਆ ਹੈ ਜੀ? ਨਾਮ ਕਿਆ ਹੈ? ਮੇਰਾ ਨਾਂ ਹੈ ਜੀ ਜਾਨੀ। ਜਾਨੀ? ਹਾਂ, ਮੈਂ ਜਦੋਂ ਹੋਇਆ ਸਾਂ ਨਾ, ਸਾਰੇ ਪਿੰਡ ਦੀਆਂ ਜਨਾਨੀਆਂ ਨੇ ਮੇਰੀ ਮਾਂ ਨੂੰ ਕਿਹਾ ਸੀ ਜਾਨੀ। ਗੁੱਡ ਨੇਮ। ਹਾਂ ਜੀ। ਆਪਕੇ ਵਾਲੀ ਸਾਹਿਬ ਕਾ? ਅੱਬਾ ਜੀ ਦਾ ਪਤਾ ਹੀ ਨਹੀਂ ਲੱਗਾ ਵੀ ਉਹ ਦੁਬਈ ਗਿਆ, ਮੁੜ ਕੇ ਆਏ ਨਹੀਂ। ਉਹ ਇਸੇ ਗੁੱਸੇ 'ਚ ਨਿਕਲੇ ਘਰੋਂ ਵੀ ਇਹ ਹੁਣ ਕੀ ਲੱਗ ਪਿਆ। ਆਪਕੇ ਸਾਥ ਇਤਨੇ ਹਾਦਸੇ ਕਿਉਂ ਪੇਸ਼ ਆਤੇ? ਬਾ ਜੀ ਇਸੇ ਤਰ੍ਹਾਂ ਹੀ ਹੈ ਵੀ, ਹੋਰ ਕੀ ਹੈ। ਆਪ ਪੈਦਾ ਕਹਾਂ ਹੋਏ ਥੇ? ਮੰਜੀ ਤੇ। ਮੰਜੀ ਦੇ ਵੀ ਨਹੀਂ ਬਲਕਿ ਮੇਰਾ ਯਾਦ ਹੈ ਵੀ ਪੀੜ੍ਹੀ ਦੇ ਪੀੜ੍ਹੀ ਦੇ। ਓਬਵੀਅਸਲੀ ਸਾਰੇ ਬਿਸਤਰ ਬੜੀ ਪਿਆਰਾ ਹੁੰਦੀ ਹੈ। ਨਹੀਂ ਨਹੀਂ, ਮੈਂ ਤੇ ਹੁੰਦਾ ਹੀ ਨਹੀਂ ਸਾਂ। ਅੱਛਾ। ਆ ਉਹਦੇ ਡਾਕਟਰ ਫੇਲ ਹੋ ਗਏ, ਦਾਈਆਂ ਫੇਲ ਹੋ ਗਈਆਂ, ਫਿਰ ਇੱਕ ਘੜੀ ਸਾਧ ਬੁਲਾਇਆ, ਉਹਨੇ ਫਿਰ ਸ਼ੀਸ਼ੇ ਨਾਲ ਵੇਖ ਕੇ ਦੱਸਿਆ ਵੀ ਮੁੰਡਾ ਹੀ। ਮੈਂ ਬਾ ਫਿਰ ਹੋ ਪਿਆ, ਅੱਲਾ ਦੀ ਮਿਹਰਬਾਨੀ ਹੈ ਬਈ। ਨਹੀਂ, ਕਿਸ ਦਿਨ ਹੋਏ ਥੇ ਆਪ? ਦਿਨ ਤੋਂ ਮੈਨੂੰ ਕੋਈ ਨਹੀਂ ਯਾਦ, ਨਾ ਤਰੀਕ ਯਾਦ ਹੈ। ਤਰੀਕ ਤਾਂ ਪੁੱਛ। ਬਈ ਇੰਨਾ ਪਤਾ ਵੀ ਇਹ ਮਾਲਕ ਮਕਾਨ ਕਿਰਾਇਆ ਲੈਣ ਆਇਆ ਸੀ, ਉਹ ਫਿਰ ਘਰਦਿਆਂ ਨੇ ਕਿਹਾ ਵੀ ਕਿਰਾਇਆ ਕਿਰਾਇਆ ਕੋਈ ਨਹੀਂ ਹੈਗਾ, ਕੀਤਾ ਕਿਰਾਇਆ ਲੈ ਜਾ। ਵੈਸੇ ਆਪ ਪਾਲਿਸੀ ਲਏਗੇ ਨਾ? ਹਾਂਜੀ, ਕਿਉਂ ਨਹੀਂ ਲਵਾਂਗੇ ਪਾਲਿਸੀ, ਅਸੀਂ ਤਾਂ ਭੁੱਖੇ ਨੰਗੇ ਆ, ਚੰਗੇ ਭਲੇ ਖਾਂਦੇ ਪੀਂਦੇ ਮੰਗਦੇ ਲੋਕ ਆ। ਵੈਸੇ ਆਪ ਕਰਦੇ ਕਿਆ ਹੈ? ਆਪਣੇ ਸਾਡੇ ਕਾਰੋਬਾਰ ਨੇ। ਅੱਛਾ। ਫੈਕਟਰੀਆਂ ਨੇ? ਫੈਕਟਰੀਆਂ? ਫੈਕਟਰੀਆਂ? ਹਾਂ, ਇੱਕ ਨਵੀਂ ਫੈਕਟਰੀ ਬਣਵਾਈ ਹੈ ਬਦਾਮੀ ਬਾਗ ਲਾਰੀ ਅੱਡੇ ਦੇ ਬਿਲਕੁਲ ਸਾਹਮਣੇ। ਅੱਛਾ। ਪੀਲੇ ਰੰਗ ਦੀ ਦੀਵਾਰ ਹੈ, ਲੰਮੀ ਜੀ ਬਾਹਰ ਲਿਖਿਆ ਜਨਾਨਾ ਮਰਦਾਨਾ। ਓ ਆਈ ਸੀ। 250-300 ਕਾਰੀਗਰ ਰੋਜ਼ ਦਾ ਕੰਮ ਕਰਕੇ ਜਾਂਦਾ ਹੈ, ਅੰਦਰ ਖਾਦ ਬਣਦੀ। ਮੈਨੇ ਤਾਂ ਫੈਕਟਰੀ ਨਹੀਂ ਦੇਖੀ। ਉੱਥੇ ਹੀ ਹੈ ਫੈਕਟਰੀ, 3-4 ਫੈਕਟਰੀਆਂ ਨਾਲੋਂ ਨਾਲ ਨੇ। ਅੱਛਾ। ਹਾਂਜੀ। ਔਰ ਕੀ ਕਰਦੇ ਹੋ? ਬੜੇ ਲੰਮੇ ਚੌੜੇ ਆਪਣੇ ਸਾਡੇ ਜਹਾਜ਼ ਵੀ ਨੇ। ਆਪਕੇ ਜਹਾਜ਼ ਵੀ ਹੈ? ਹਾਂਜੀ, ਮੇਰੇ ਤੋਂ ਛੋਟੇ 3 ਨੇ, 3 ਜਹਾਜ਼। ਇੱਕ ਸਾਡੇ ਕੋਲ ਬਹਿਰੀ ਜਹਾਜ਼ ਵੀ, ਉਹ ਮਾਮਾ ਸਾਡਾ ਭੰਗ ਪੀਂਦਾ। ਬੜੇ ਲੰਮ ਜ਼ਮੀਨਾਂ ਸਾਡੀਆਂ ਬਣੀਆਂ, ਮੰਜੀ ਤੋਂ ਪੈਰ ਲਾਈਏ ਟੋਟਾ ਮੁੱਕ ਜਾਂਦਾ। ਆਪ ਕਿੰਨੇ ਕੀ ਪਾਲਿਸੀ ਕਰਵਾਏਂਗੇ? 50 ਕਰੋੜ ਦੀ। 50 ਕਰੋੜ ਕੀ? ਆਹ ਸਾਡੇ ਕੋਲ ਬੜਾ ਹੈ, ਅਸੀਂ 6-6 7-7 ਕਰੋੜ ਰੁਪਈਆ ਤੇ ਹੁੱਕੇ ਤੇ ਬਾਲ ਕੇ ਪੀ ਜਾਂਦੇ ਹਾਂ। ਅੱਜ ਸਾਡੇ ਕੋਲ ਉਹ ਨੋਟ ਨੇ ਜਿਹਨਾਂ 'ਤੇ ਈਦ ਮੁਬਾਰਕ ਲਿਖਿਆ ਹੁੰਦਾ ਜੀ। ਪੈਸਾ ਬੜਾ ਸਾਡੇ ਕੋਲ, ਬੈਂਕ ਯਾਦ ਨਹੀਂ ਆਉਂਦਾ ਕਿੱਥੇ ਕਿੱਥੇ ਰੱਖ ਬੈਠੇ। ਆਪ ਇੰਸ਼ੋਰੈਂਸ ਕਰਵਾਏਂਗੇ? ਹਾਂਜੀ ਕਰਵਾਉਂਗਾ, ਨਾਲੇ ਮੈਂ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ। ਅੱਛਾ, ਕੀਜੀਏ। ਜ਼ਰੂਰ, ਜੋ ਇੰਸ਼ੋਰੈਂਸ ਕਰਵਾਤਾ ਹੈ ਵੋ ਬਾਤ ਤੋ ਕਰਤਾ ਹੈ। ਹਾਂਜੀ, ਦੇਖੋ ਜੀ, ਗੱਲ ਇਹ ਵੀ ਬੰਦੇ ਨੂੰ ਗੱਲ ਕਰਨੀ ਚਾਹੀਦੀ ਸਮਝਾ ਕੇ ਜੀ। ਨਹੀਂ, ਇਹ ਸਾਡਾ ਅੰਦਾਜ਼, ਅਸੀਂ ਪੇਂਡੂ ਬੰਦੇ ਹਾਂ, ਅਸੀਂ ਗੱਲ ਚੇਤਾ ਕਰਾ ਕੇ ਕਰਦੇ ਹਾਂ ਵੀ ਗੱਲ ਬੰਦੇ ਨੂੰ ਕਰਨੀ ਚਾਹੀਦੀ ਖਰੀ। ਗੱਲ ਬੰਦਾ ਜੇ ਕਰੇ ਤੇ ਫਿਰ ਗੱਲ ਜੇ ਬਣਦੀ ਹੋਵੇ ਤੇ ਫਿਰ ਗੱਲ ਬੰਦਾ ਬਣਾਉਂਦਾ ਜਾਏ। ਔਰ ਏਡੀ ਗੱਲ ਕੋਈ ਨਹੀਂ, ਗੱਲ ਹੋਵੇ ਨਾ ਕੋਈ ਚੱਜ ਦੀ ਤੇ ਬੰਦੇ ਨੂੰ ਕਰਨ ਦਾ ਵੀ ਸਵਾਦ ਆਉਂਦਾ। ਤੇ ਜੇ ਗੱਲ ਦੇ ਵਿੱਚ ਹੀ ਕੁਛ ਨਹੀਂ ਹੈਗਾ ਤੇ ਫਿਰ ਗੱਲ ਕਰਨ ਦਾ ਫਾਇਦਾ। ਔਰ ਗੱਲ ਮੈਨੂੰ ਲੱਗਦਾ ਵੀ ਇਨਸ਼ਾਅੱਲਾ ਬਣੇਗੀ, ਕਿਉਂਕਿ ਗੱਲ ਬੰਦਾ ਕਰੇ ਇੱਕ ਪਾਸੇ ਦੀ ਨਹੀਂ, ਗੱਲ ਬੰਦਾ ਕਰੇ ਦੋਵਾਂ ਪਾਸੇ। ਔਰ ਗੱਲ ਸਮਝਾ ਕੇ। ਮੈਂ ਸਮਝੀ ਨਹੀਂ। ਇਹ ਤੁਸੀਂ ਸਮਝੋ ਨਾ ਸਮਝੋ, ਉਹ ਸਮਝ ਗਿਆ। ਅਸਲ 'ਚ ਗੱਲ ਇਹ ਜੀ ਕਿ ਮੈਂ ਬਣਾਉਣਾ ਫਿਲਮਾਂ ਜੀ, ਤੇ ਉਹ ਮੈਂ ਇੱਕ ਨੂਰਜਾਂ, ਅੱਲਾ ਜਿਹਨਾਂ ਨਸੀਬ ਕਰੇ ਉਹਦੀ ਆਵਾਜ਼ 'ਚ ਮੈਂ ਇੱਕ ਗਾਣਾ ਰਿਕਾਰਡ ਕਰਾਇਆ ਸੀਗਾ। ਉਹ ਮੈਂ ਕਹਿੰਦਾ ਵੀ ਤੁਹਾਡੇ ਵਰਗੀ ਹੋਵੇ ਕੋਈ ਹੀਰੋਇਨ ਤੇ ਉਹਦੇ 'ਤੇ ਗਾਣਾ ਜਿਹੜਾ ਨਾ ਹੋਵੇ ਤੇ ਮੈਂ ਹੀਰੋ ਹੋਵਾਂ। ਨਹੀਂ, ਕੋਈ ਗੱਲ ਨਹੀਂ, ਤੁਸੀਂ ਗਾਣਾ ਸੁਣ ਲਓ, ਜੇ ਤੁਹਾਨੂੰ ਪਸੰਦ ਆਏਗਾ ਤੇ ਤੁਸੀਂ ਫਿਲਮ 'ਚ ਕੰਮ ਕਰਨਾ, ਨਹੀਂ ਤੇ ਫਿਰ ਆਪਣਾ ਨਾ ਕਰਨਾ। ਆਪ ਕਰਕੇ ਦਿਖਾਏ? ਨਹੀਂ, ਮੈਂ